किसान नेता गुरनाम सिंह चड़ूनी ने पंजाब विच मुख्यमंत्री बदलन नूं राजनीतिक स्टंट दस्या है। उन्हां दा कहना है कि किसान अंदोलन दौरान किसानां खिलाफ प्रचार करना पाप है। चड़ूनी अज जलंधर जानिया खन्ना के गुरद्वारा श्री मंजी साहब कोटा विखे रुके सन। इस मौके चड़ूनी का कहना है कि पंजाब विच मुख्यमंत्री बदलना राजनीतिक स्टंट है। इहदे नाल ही किसानां खिलाफ प्रचार नूं पाप दस्सदिआं उन्हां कहा कि किसान सब दी लड़ाई लड़ रहे हन। बड़ा सहयोग करने वास्ते चड़ूनी साहब जब कल जी एक कांग्रेस ने कैप्टन अमरिंदर सिंह नूं जिहड़ा अस्तीफा दे दिता ते उहनूं तुसीं की देखदे हो भी जिहड़ी राजनीति दे विच किवें हैगा? उदों ते कांग्रेस नूं पता होणा जी क्यों उस तों अस्तीफा लिया, की उह करना चाहुंदे ने, की उहनां दी रणनीति है। बाकी ਇਹ ਤਾਂ ਉਹਨਾਂ ਦੇ ਅੰਦਰ ਦਾ ਮਾਮਲਾ ਹੈ। ਨਹੀਂ ਤੁਸੀਂ ਕੀ ਦੇਖਦੇ ਹੋ ਕਿਵੇਂ ਉਹ ਜਿਹੜੀ ਕਾਂਗਰਸ ਨੇ ਜਿਹੜਾ ਰਣਨੀਤੀ ਲਾਈ ਆ ਵੀ 3 ਮਹੀਨੇ ਰਹਿੰਦੇ ਨੇ ਕੈਪਟਨ ਨੂੰ ਲਾਇਆ ਜਾਂਦਾ ਤੇ ਕੈਪਟਨ ਜਿਹੜੇ ਕਹਿੰਦੇ ਨੇ ਮੈਂ ਕਿਸਾਨਾਂ ਦੇ ਨਾਲ ਖੜਾ। ਇਹ ਤੇ ਰਾਜਨੀਤੀ ਦੇ ਸਟੰਟ ਹੁੰਦੇ ਨੇ ਵੀ ਜਿਹੜਾ ਬੰਦਾ ਲੰਬੇ ਟਾਈਮ ਤੱਕ ਰਾਜ ਕਰ ਰਿਹਾ ਉਹ ਬਦਨਾਮ ਹੋ ਗਿਆ, ਹੁਣ ਨਵਾਂ ਆਪਾਂ ਬਿਠਾ ਦੇਂਗੇ ਤੇ ਆਪਾਂ ਕਹਿਣ ਜੋਗੇ ਹੋ ਜਾਵਾਂਗੇ। ਦੇਖੋ ਜੀ ਉਹ ਪਹਿਲਾਂ ਗਲਤ ਸੀ, ਹੁਣ ਬਹੁਤ ਵਧੀਆ ਬਿਠਾਤਾ, ਵੀ ਸੋਨੇ ਦਾ ਬਿਠਾਤਾ, ਹੁਣ ਸਾਨੂੰ ਪਾ ਦਿਓ ਵੋਟ। ਇਹ ਸਟੰਟ ਹੁੰਦੇ ਨੇ ਸਰਕਾਰ ਦੇ, ਹੋਰ ਕੁਛ ਨਹੀਂ ਹੁੰਦਾ। ਚੜੂਨੀ ਸਾਹਿਬ ਤੁਸੀਂ ਜਾ ਰਹੇ ਹੋ ਕਾਲਾ ਬੱਕਰਾ ਜਾ ਰਹੇ ਹੋ, ਇੱਕ ਬਾਬਾ ਖੇੜੀ ਚਿੱਟਾ ਵਾਲਾ ਨੇ ਕਿਹਾ ਦੋਸ਼ ਲਾਇਆ ਰਾਜੇਵਾਲ ਸਾਹਿਬ ਦੇ ਲੱਕਾਂ ਦੇ ਖਿਲਾਫ, ਲੱਕਾ ਸਾਹਿਬ ਦੇ ਖਿਲਾਫ ਕਿਹਾ ਵੀ ਇਹ ਦੋ ਕਰਪਟ ਬੰਦੇ ਨੇ। ਦੇਖੋ ਜੀ ਇਹ ਤਾਂ ਉਹ ਜਾਣੇ, ਹੁਣ ਮੈਂ ਤਾਂ ਉਹਨਾਂ ਬਾਰੇ ਕੀ ਕਹਿ ਸਕਦਾ, ਮੈਂ ਤਾਂ ਇਹ ਕਹਿ ਸਕਦਾ ਵੀ ਆਪਾਂ ਸਾਰੇ ਜਿੰਨੇ ਕਿਸਾਨ ਸੰਗਠਨ ਹੈ ਉਹ ਮਿਲ ਕੇ ਆਪਾਂ ਅੰਦੋਲਨ ਲੜ ਰਹੇ ਹਾਂ, ਅਤੇ ਅੰਦੋਲਨ ਜਿਹੜਾ ਹੈ ਉਹ ਸਾਰੇ ਦੇਸ਼ ਵਾਸਤੇ, ਇਕੱਲੇ ਕਿਸਾਨਾਂ ਵਾਸਤੇ ਨਹੀਂ ਹੈ, ਦੇਸ਼ ਦੇ ਹਰ ਵਰਗ ਵਾਸਤੇ ਹੈ। ਅਤੇ ਮੈਂ ਤਾਂ ਇਹ ਕਹਾਂਗਾ ਕਿ ਜਿੰਨੇ ਬੰਦੇ ਅੰਦੋਲਨ ਲੜ ਰਹੇ ਉਹ ਸਾਰੇ ਦੇਵਤਾ। ਚੜੂਨੀ ਸਾਹਿਬ ਹਰਿਆਣੇ ਅੰਦਰ, ਹਰਿਆਣੇ ਦਾ ਜੋ ਖੱਟਰ ਸਰਕਾਰ ਆ ਤੁਸੀਂ ਟੱਕਰ ਲੈ ਰਹੇ ਹੋ, ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਈ ਟੀ ਵਿੰਗ ਆ ਉਹ ਬੜਾ ਜ਼ਹਿਰ ਘੋਲ ਰਿਹਾ ਕਿਸਾਨਾਂ ਖਿਲਾਫ, ਕੀ ਕਹਿਣਾ ਚਾਹੋਗੇ? ਜਿਹੜਾ ਜ਼ਹਿਰ ਘੋਲ ਰਿਹਾ ਉਹ ਕਿਤੇ ਨਾ ਕਿਤੇ BJP ਦੇ ਨਾਲ ਉਹਨਾਂ ਦੀ ਸੈਟਿੰਗ ਹੈ, ਪਹਿਲਾਂ ਵੀ ਰਹੀ ਹੈ, ਤਾਂ ਉਹ ਜ਼ਹਿਰ ਘੋਲ ਰਿਹਾ। ਅਤੇ ਮੈਂ ਇਹ ਕਹਾਂਗਾ ਵੀ ਇਹ ਪਾਪ ਹੈ, ਕਿਸਾਨਾਂ ਦੇ ਖਿਲਾਫ ਜ਼ਹਿਰ ਘੋਲਣਾ ਪਾਪ ਹੈ, ਕਿਉਂਕਿ ਅੱਜ ਦਾ ਜਿਹੜਾ ਕਿਸਾਨ ਅੰਦੋਲਨ ਆ ਉਹ ਕਿਸਾਨ ਆਪਣੇ ਵਾਸਤੇ ਨਹੀਂ ਲੜ ਰਹੇ, ਅਮੀਰ ਹੋਣ ਵਾਸਤੇ, ਟਾਟਾ ਬਿਰਲਾ ਬਣਨ ਵਾਸਤੇ ਨਹੀਂ ਲੜ ਰਹੇ, ਦੇਸ਼ ਨੂੰ ਬਚਾਉਣ ਵਾਸਤੇ ਲੜ ਰਹੇ। ਚੜੂਨੀ ਸਾਹਿਬ ਜਿਵੇਂ ਕਿ ਰਾਜੇਵਾਲ ਕਹਿ ਰਹੇ ਨੇ ਵੀ ਜਿਹੜੀਆਂ ਇਹ ਰੈਲੀਆਂ ਨਹੀਂ ਹੋਣੀ ਚਾਹੀਦੀਆਂ, ਜਿਹੜੀਆਂ ਪੋਲੀਟੀਕਲ ਰੈਲੀਆਂ ਨੇ, ਉੱਥੇ ਹੀ ਉਹਨਾਂ ਨੇ ਜਿਹੜਾ ਕਿਹਾ ਵੀ ਜਿਹੜੀ ਕਾਂਗਰਸ ਆ ਉਹ ਚੈੱਕ ਵੰਡ ਕੇ ਇਕੱਠੇ ਰੈਲੀਆਂ ਕਰ ਉਹ ਕਰ ਸਕਦੇ ਨੇ ਪ੍ਰੋਗਰਾਮ, ਇਸ ਨੂੰ ਕੀ ਦੇਖਦੇ ਹੋ? ਅਕਾਲੀ ਦਲ ਅਤੇ ਬਾਕੀਆਂ ਪਾਰਟੀਆਂ ਇਲਜ਼ਾਮ ਲਾ ਰਹੀਆਂ ਨੇ ਸਿਰਫ ਰਾਜੇਵਾਲ ਜਿਹੜਾ ਫਾਇਦਾ ਬਚਾਉਣ ਲਈ ਕਾਂਗਰਸ ਨੂੰ ਕਰ ਰਹੇ ਨੇ, ਇਹ ਕੀ ਦੇਖਦੇ ਹੋ ਤੁਸੀਂ? ਨਹੀਂ, ਕਿਸੇ ਇੱਕ ਪਾਰਟੀ ਨੂੰ ਫਾਇਦਾ ਪਹੁੰਚਾਉਣ ਵਾਸਤੇ ਮੇਰਾ ਖਿਆਲ ਤਾਂ ਕੋਈ ਇਹੋ ਜਿਹੀ ਗੱਲ ਹੈ ਨਹੀਂ। ਅਤੇ ਬਾਕੀ ਜਿਹੜਾ ਹੈ ਪਾਬੰਦੀ ਜੇ ਹੋਵੇ ਤਾਂ ਸਾਰਿਆਂ ਵਾਸਤੇ ਵੀ, ਨਾ ਹੋਵੇ ਤਾਂ ਕਿਸੇ ਵਾਸਤੇ ਨਾ ਹੋਵੇ। ਕਿਸਾਨ ਮੋਰਚਾ ਇਲੈਕਸ਼ਨ ਲੜਨ ਜਾ ਰਿਹਾ ਜਾਂ ਕੋਈ ਆਪਣਾ ਵਿੰਗ ਬਣਾਏਗਾ? ਨਹੀਂ, ਕਿਸਾਨ ਮੋਰਚਾ ਇਲੈਕਸ਼ਨ ਨਹੀਂ ਲੜ ਰਿਹਾ ਨਾ ਆਪਣਾ ਵਿੰਗ ਬਣਾ ਰਿਹਾ, ਇਹ ਮੇਰੀ ਨਿੱਜੀ ਰਾਏ, ਜਿਹੜਾ ਮਿਸ਼ਨ ਪੰਜਾਬ ਦੀ ਮੈਂ ਗੱਲ ਕਰ ਰਿਹਾ ਵਾਂ, ਇਹ ਕਿਸਾਨ ਮੋਰਚਾ ਨਹੀਂ ਹੈ, ਇਹ ਮੇਰੀ ਨਿੱਜੀ ਰਾਏ ਹੈ, ਮੇਰਾ ਨਿੱਜੀ ਵਿਚਾਰ ਹੈ। ਅਤੇ ਉਸ ਨਿੱਜੀ ਦੇ ਨਾਲ ਹੀ ਹੋਇਆ ਸਾਰੇ ਜਿਹੜੇ ਪੰਜਾਬ ਦੇ ਸਮਾਜ ਸੇਵੀ, ਬੁੱਧੀਜੀਵੀ, ਪੰਜਾਬ ਦਾ ਦਰਦ ਰੱਖਣ ਵਾਲੇ, ਉਹਨਾਂ ਸਾਰਿਆਂ ਨੂੰ ਆਪਾਂ ਇੱਕ ਮੰਚ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਕਾਲੀ ਦਲ ਬਾਦਲ ਨੇ ਪਿਛਲੇ ਦਿੱਲੀ ਜਾ ਕੇ ਇੱਕ ਰੋਸ ਮਾਰਚ ਕੀਤਾ, ਰੋਸ ਦਿਲਚਸਪ ਬਣਾਇਆ, ਉਹ ਕਿੰਨਾ ਕੁ ਜਾਇਜ਼ ਆ? ਇਹ ਫੋਰਮੈਲਿਟੀਆਂ ਨੇ ਜੀ, ਉਹਨੂੰ ਦਰਦ ਹੈ ਕਿਸਾਨਾਂ ਦਾ, ਉਹ ਤਾਂ ਮਸਕਰੀਆਂ ਕਰਦਾ ਸਾਡੇ ਨਾਲ, ਬਿਆਨ ਦੇ ਰਿਹਾ ਜੀ। ਗੁਰਨਾਮ ਸਿੰਘ ਨੇ ਮੈਨੂੰ ਫੋਨ ਕੀਤਾ ਸੀ, ਲੰਗਰ ਪਹੁੰਚਾਇਆ, ਉਹ ਦੱਸ ਮੈਂ ਉਹਦੇ ਕੋਲ ਫੋਨ ਕਰਾਂਗਾ, ਕੀ ਲੱਗਦਾ ਮੇਰਾ ਉਹਦੇ ਕੋਲ ਫੋਨ ਕਰਾਂਗਾ ਗੁਰਦੁਆਰੇ ਵਾਲੇ ਸਾਂਝੇ ਆ ਸਭ ਦੇ ਸਾਂਝ, ਉਹ ਗੁਰਦੁਆਰਿਆਂ ਦੇ ਵੀ ਠੇਕੇਦਾਰ ਨੇ। ਇਹ ਤਾਂ ਮਤਲਬ ਬੰਦਾ ਪਤਾ ਨਹੀਂ ਕਿਸ ਤਰ੍ਹਾਂ ਦਾ ਕੀ ਬੋਲੀ ਜਾਂਦੇ ਨੇ, ਕੋਈ ਸਮਝ ਨਹੀਂ ਆਉਂਦਾ।